ਪ੍ਰਵਾਸੀ ਮਜ਼ਦੂਰ ਦੀ ਛੋਲੇ ਕੁਲਚੇ ਵਾਲੀ ਰੇੜੀ ਜਿਹੜੀ ਕਿ ਠੇਲੇ ਨੂੰ ਨੌਜਵਾਨ ਨੇ ਜ਼ਬਰਦਸਤੀ ਪਲਟ ਦਿੱਤਾ, ਆਸ ਪਾਸ ਦੇ ਲੋਕਾਂ ਨੇ ਫਿਰ ਉਸ ਤੋਂ ਬਾਅਦ ਕੀ ਕੀਤਾ ਉਹ ਦੇਖ ਕੇ ਤੁਸੀਂ ਆਪਣਾ ਜਵਾਬ ਦੇਣਾ ਹੈ ਕਿ ਤੁਹਾਨੂੰ ਕੀ ਲੱਗਦਾ। ਨੌਜਵਾਨ ਦੇ ਪਿੰਡ ਵਾਸੀਆਂ ਨੇ ਉਸ ਵੇਲੇ ਛਿੱਤਰ ਪਰੇਡ ਕਰ ਦਿੱਤੀ ਜਦੋਂ ਸ਼ਰਾਬ ਦੀ ਹਾਲਤ ਵਿੱਚ ਉਸਨੇ ਪ੍ਰਵਾਸੀ ਮਜ਼ਦੂਰ ਤੋਂ ਕੁਲਚੇ ਛੋਲੇ ਖਾਣ ਤੋਂ ਬਾਅਦ ਨਸ਼ੇ ਦੀ ਹਾਲਤ ਦੇ ਵਿੱਚ ਉਸਦੀ ਛੋਲਿਆਂ ਵਾਲੀ ਰੇੜੀ ਠੇਲੇ ਨੂੰ ਪਲਟ ਦਿੱਤਾ, ਜਿਸ ਤੋਂ ਬਾਅਦ ਉਸਦਾ ਨੁਕਸਾਨ ਹੋ ਗਿਆ। ਦੂਸਰੇ ਪਾਸੇ ਪ੍ਰਵਾਸੀ ਮਜ਼ਦੂਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਛੋਲੇ ਕੁਲਚੇ ਵੇਚਣ ਦਾ ਕੰਮ ਕਰਦਾ ਅਤੇ ਪਿੰਡ ਅਵਾਂਖੇ ਵਿੱਚ ਰੋਜ਼ ਉਹ ਆਪਣੀ ਰੋਜ਼ੀ ਰੋਟੀ ਕਰਦਾ, ਪਰ ਜਦੋਂ ਇਹ ਮੁੰਡਾ ਨਸ਼ੇ ਦੀ ਹਾਲਤ ਵਿੱਚ ਉਸਨੂੰ ਆ ਕੇ ਵਾਰ ਵਾਰ ਤੰਗ ਪਰੇਸ਼ਾਨ ਕਰਦਾ ਪਿਆ ਸੀ, ਤਾਂ ਤੁਸੀਂ ਵੀ ਸੁਣ ਲਵੋ ਕਿ ਉਸਦੇ ਨਾਲ ਕੀ ਧੱਕਾ ਹੋ ਗਿਆ। ਦੱਸੋ ਸ਼ੁਰੂ ਤੋਂ ਗੱਲਬਾਤ ਹੈ। ਇੱਥੇ ਡਿਗਾ ਪੜਾ ਦਾ ਉੱਥੇ ਢੂਲੀ ਤੇ, ਠੀਕ ਹੈ, ਮੈਂ ਆ ਰਿਹਾ ਸੀ ਤਾਂ ਉੱਥੇ ਆਇਆ, ਕਹਿੰਦਾ ਮੈਨੂੰ ਖਿਲਾਏ, ਮੈਂ ਖਿਲਾਣ ਲੱਗੇ, ਮੈਂ ਪੈਸੇ ਤਾਂ ਦੋ, ਕਹਿੰਦਾ ਪੈਸੇ ਤਾਂ 20 ਰੁਪਏ ਆਏ, ਮੈਂ 20 ਦੇ ਦਿਆ। ਫਿਰ ਕਹਿੰਦਾ ਕਿ ਦਾ ਹੈ ਤੂੰ ਖਿਲਾ, ਮੈਂ ਇਹਨੂੰ ਪਾ ਕੇ ਲੈ ਦਿਆ। ਫਿਰ ਬੂਆ ਲਾ ਕੇ ਬੈਠ ਗਿਆ ਮਾਤਾ ਕੇ, ਮਾਤਾ ਇਹਨੂੰ ਉਠਾਤੀ ਰਹੀ, ਉਠਾ ਨਹੀਂ। ਫਿਰ ਮਾਤਾ ਤਾਂ ਆਪਣੀ ਦੁਕਾਨ ਬੰਦ ਕਰਕੇ ਚਲ ਗਏ। ਫਿਰ ਇੱਥੇ ਆਇਆ ਮੇਰੇ ਕੋਲ, ਕਹਿੰਦਾ ਤੂੰ ਛਿੱਤਰ ਖਾਣੇ ਆ। ਮੈਂ ਭਾਜੀ ਮੈਂ ਕੀ ਕਹਿੰਦਾ, ਮੈਂ ਆਪਣਾ ਕੰਮ ਕਰ ਰਿਹਾ। ਕਹਿੰਦਾ ਤੇਰੇ ਛੋਲੇ ਰੋਲ ਰਹੇ, ਮੈਂ ਰੇਡੀ ਪੰਟ ਹੱਥ ਮਾਰ ਦਿਆ, ਮੈਂ ਫੜ ਲਈ ਇੱਕ ਵਾਰ, ਦੁਬਾਰਾ ਡਰਾਮੇ ਚੁੱਕੀ ਛੂਟ ਦੀ। ਇੰਨੀ ਗੱਲ ਕਹਿ ਕੇ ਫਿਰ ਹੱਥ ਉਠਾਣੇ ਲੱਗਾ, ਮੈਂ ਹੱਥ ਤਾਂ ਇਹਨੂੰ, ਮੈਂ ਚੱਲ ਯਾਰ, ਫਿਰ ਹੋਰ ਵੀ ਬੰਦੇ ਇਕੱਠੇ ਹੋ ਗਏ, ਫਿਰ ਉਹਨੂੰ ਬਚਾ ਲਿਆ ਮੈਨੂੰ। ਹੁਣ ਮੰਡੀ ਨੇ ਉਹਨੂੰ ਕੁੱਟਿਆ? ਹਾਂ, ਹੱਥ ਫੇੜਾ ਮੈਨੂੰ, ਇਹ ਚਪੇਟ ਮਾਰੀ। ਕਿੰਨਾ ਨੁਕਸਾਨ ਹੋਇਆ ਤੇਰਾ? ਨੁਕਸਾਨ ਇਹਦਾ 2,000-2,500 ਦਾ ਹੋਇਆ, 2,000 ਨੋਰਮਲ ਆਇਆ। ਕਿੱਥੋਂ ਬਾਹਰ ਦੇ ਹੋ ਤੁਸੀਂ? ਯੂਪੀ ਕਹਿੰਦੇ, ਯੂਪੀ ਦੇ, ਉੱਥੇ ਮਿਹਨਤ ਕਰਨ ਆਏ ਹੋ? ਸੋ ਕਿਸ ਤਰ੍ਹਾਂ ਲੋਕੀ ਤੁਹਾਨੂੰ ਤੰਗ ਪਰੇਸ਼ਾਨ ਹੋਰ ਵੀ ਕਰਦੇ ਇੱਥੇ ਜਾਂ? ਨਹੀਂ ਦਾਏ ਆ, ਬਾਕੀ ਕੋਈ ਨਹੀਂ, ਇਹ ਹੀ ਥੈਰੇਪੀ ਹੈ ਕਿ ਅੱਜ ਮਿਲ ਗਿਆ, ਬਾਕੀ ਕੋਈ ਨਹੀਂ। ਠੀਕ, ਕਿੰਨਾ ਕੁ ਨੁਕਸਾਨ ਮੰਨਦੇ ਹੋ? ਨੁਕਸਾਨ ਉਦਾਂ ਤਾਂ 100-100, 2,000 ਉਦਾਂ, 2,500-2,500 ਆਪਣੀ ਬਚਤ ਵੀ ਹੋ ਜਾਂਦੀ ਨਾ। 2,000-2,500 ਦਾ ਨੁਕਸਾਨ ਆ, 1,000 ਹੋ ਗਿਆ। ਠੀਕ ਹੈ।